मैट्रो की खड़ जूगी साढ़े मूहे दस मिनट असं मिनट च बंद कर सकते हो ठीक है यार अभी प्यार ना चल रहे हैं सूँ आह रोक लेंगे बार्डर यद सुबह गम गुम जाएंगे पत्थर जो इन्होंने हूँ कैप्टन यार ये तो बहर है कैप्टन दो बारी कह गया मैं अस्तीफा तेन देना फिर दे फिर जे दे फिर ही लगू पता सानू पानी की लड़ ही नहीं जी जी ना साढ़े तक आवे ये बिल्कुल कहना है इतने चटालिया तक तो जो बादलों के फार्म ने कहना इस बार इला रौला उ खत्म मोदी को यार उत्थे जाने का टाइम आ गया अज तुम देखना बधाइया दिन हॉस्पिटल च गया इतने यार बजुर्ग दीदे नहीं बई ये तो यार एक जख्मा तेन भुकने वाली गल हुई पी है असी तो उन्होंने दीदे नहीं इतने बैठे यार साढ़े घर चो दो किलो आटा लिया इन्होंने जूनियर नाल ने असी पाँच पाँच घंटे दिन तैयार हैं छे महीने की गल नहीं इतने भावें सू दो साल लग जा भी तू अपनी जान से शियार का होना है सानू बुद्धू बना रहा है हूँ तेन बुद्धू असी बनावे मैं हर जहाँ पहली बार बंदा देखा है जो प्रधानमंत्री हो गया हरिया अड़िया करता सोहना लगता पहली गल बंदा हो सत श्री अकाल जी तुसी देख रहे हो आर एम पी टैलीविजन असी इस वक्त फिर मौजूद हाँ ग्राउंड जीरो की रिपोर्ट लैके टिकरी बॉडर तो रिपोर्ट दे शुरू ची मैं ये कहना चाहूँगा भी जे मीडिया वाले भरा साडी ये मुलाकात देख रहे हैं जो भी दर्शक ये देख रहे हैं इस तो ज़्यादा तां शेयर कराया करो क्योंकि इत्थे भी ज मीडिया नूं कहा करो उधर भी कमेंट कराया करो होर चैनलों के उत्ते भी आ जगह पर भी जरूर मीडिया आवे क्योंकि असी टिकरी बॉर्डर तो 10 किलोमीटर पिछे हाँ तो इदू पिछे 20 किलोमीटर तक भी असी कवरेज कर रहे हैं इतने भी जरूर सारे मीडिया नूं आना चाहिए गा हुण साडे नाल कुछ नौजवान मौजूद ने मानसा जिला तो ਬਾਈ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਹੈ ਧੰਨਵਾਦ ਜੀ ਮੇਰਾ ਨਾਮ ਕੁਲਵੀਰ ਸਿੰਘ ਹੈ ਜੀ ਪਿੰਡ ਚਨੀਰਾ ਜੀ 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 ਕੀ ਕਹਿਣਾ ਚਾਹੋਗੇ ਤੁਸੀਂ ਭਾਜੀ ਕਹਿਣ ਤੋਂ ਪਹਿਲਾਂ ਤੁਹਾਡਾ ਧੰਨਵਾਦ ਹੈ ਹਨਾ ਜੀ ਆਰ ਐਮ ਬੀ ਟੈਲੀਵਿਜ਼ਨ ਦਾ ਧੰਨਵਾਦ ਹੈ ਤੁਸੀਂ ਬਹੁਤ ਸੱਚੀ ਸੁੱਚੀ ਨਿਊਜ਼ ਪ੍ਰੋਵਾਈਡ ਕਰ ਰਹੇ ਹੋ ਹਨਾ ਵੀ ਸਾਨੂੰ ਸਾਰਿਆਂ ਨੂੰ ਇਹ ਚੀਜ਼ ਦੇ ਉੱਤੇ ਮਾਣ ਹੈ ਭਾਜੀ ਦੂਜੀ ਗੱਲ ਮੈਂ ਕਹਿਣਾ ਇਹ ਚਾਹੂੰਗਾ ਭਾਜੀ ਵੀ ਜਿਹੜਾ ਇਹ ਅੰਦੋਲਨ ਆਪਣਾ ਚੱਲ ਰਿਹਾ ਹਨਾ ਸ਼ਾਂਤਮਈ ਢੰਗ ਨਾਲ ਚੱਲ ਰਿਹਾਗਾ ਅਤੇ ਪਹਿਲਾਂ ਤਾਂ ਕੀ ਹੈ ਨਾ ਜੀ 2020 ਦੀ ਗੱਲ ਕਰੀਏ ਨਾ 2020 ਆਪਣੇ ਵਾਸਤੇ ਮਾੜਾ ਚੜਿਆ ਭਾਜੀ ਅਤੇ ਇਹਦੇ ਵਿੱਚ ਕੁਛ ਮਾੜਾ ਵੀ ਹੋਇਆ ਕੁਛ ਚੰਗਾ ਵੀ ਹੋਇਆ ਗਾ ਮਾੜਾ ਇਹ ਹੈ ਵੀ ਹਰ ਇੱਕ ਵਰਗ ਦੇ ਲੋਕਾਂ ਦੇ ਕੰਮਕਾਰ ਰੁਕ ਗਏ ਹੈ ਨਾ ਵੀ ਬੰਦੇ ਨੌਕਰੀਆਂ ਤੋਂ ਵੀ ਵਾਂਝੇ ਹੋ ਗਏ ਨਾ ਦੂਜੀ ਗੱਲ ਚੰਗਾ ਕੀ ਹੋਇਆਗਾ ਮੋਦੀ ਨੇ ਇੱਕ ਚਾਵਲ ਮਾਰੀ ਹੈ ਭਾਅ ਜੀ ਹੈ ਨਾ ਅਤੇ ਉਹਦੇ ਕਰਕੇ ਸਾਰਾ ਅੰਦੋਲਨ ਇਕੱਠਾ ਮਤਲਬ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਗਏ ਜਿਹੜੀਆਂ ਸਰਕਾਰਾਂ ਲੜਾ ਰਹੀਆਂ ਸੀ ਲੋਕਾਂ ਨੂੰ ਹਿੰਦੂ ਮੁਸਲਮਾਨ ਹੋ ਗਏ ਸਾਰਿਆਂ ਬੰਦਿਆਂ ਨੂੰ ਲੜਾ ਰਹੇ ਸੀ ਵੋਟਾਂ ਦੇ ਕਰਕੇ ਹੈ ਨਾ ਉਹ ਬੰਦਿਆਂ ਦੇ ਵਿੱਚ ਇੰਨਾ ਆਪਸੀ ਪਿਆਰ ਦੇਖ ਕੇ ਭਾਅ ਜੀ ਮਨ ਨੂੰ ਸ਼ਾਂਤੀ ਆਉਂਦੀ ਹੈਗੀ ਇੰਨਾ ਪਿਆਰ ਦੇਖਿਆ ਜਾਂਦਾ ਨਾ ਆਪਾਂ ਦੇਖਦੇ ਹਾਂਗੇ ਵੀ ਹਰਿਆਣੇ ਦੀ ਵੀ ਕੋਈ ਕਾਸ ਕਸਰ ਨਹੀਂ ਛੱਡੀ ਭਾਅ ਜੀ ਇੱਥੇ ਦਿੱਲੀ ਚਲੋ ਪੰਜਾਬ ਨੇ ਪਹਿਲ ਕੀਤੀ ਹੈ ਹੈ ਨਾ ਉਦੋਂ ਬਾਅਦ ਹਰਿਆਣਾ ਭਾਈ ਆਪਣੇ ਨਾਲ ਜੁੜਿਆ ਹੈ ਨਾ ਅਤੇ ਉਸ ਤੋਂ ਬਾਅਦ ਇੰਨਾ ਵਿਸ਼ਾਲ ਅੰਦੋਲਨ ਅਸੀਂ ਤਾਂ ਕੀ ਦੇਖਣਾ ਸਾਡੇ ਪਿਓ ਦਾਦੇ ਨੇ ਵੀ ਨਹੀਂ ਦੇਖਿਆ ਭਾਅ ਜੀ ਅਸੀਂ ਚਾਹੁੰਦੇ ਹਾਂਗੇ ਅੰਦੋਲਨ ਛੇਤੀ ਤੋਂ ਛੇਤੀ ਖਤਮ ਹੋਵੇ ਭਾਅ ਜੀ ਜਿੰਨਾ ਇਹ ਜ਼ਿਆਦਾ ਲੰਮਾ ਹੋਊਗਾ ਨਾ ਸਰਕਾਰਾਂ ਕੋਈ ਨਾ ਕੋਈ ਚਾਲਾਂ ਚੱਲਦੀਆਂ ਰਹਿਣਗੀਆਂ ਅਤੇ ਰੱਬ ਨਾ ਕਰੇ ਕੱਲ੍ਹ ਨੂੰ ਕੋਈ ਗੱਲਬਾਤ ਹੁੰਦੀ ਹੈ ਸਰਕਾਰਾਂ ਨੂੰ ਮੌਕਾ ਹੀ ਚਾਹੀਦਾ ਹੁੰਦਾ ਅਤੇ ਛੇਤੀ ਤੋਂ ਛੇਤੀ ਕੋਈ ਗੱਲਬਾਤ ਦਾ ਵਿਸ਼ਾ ਬਣੇ ਭਾਅ ਜੀ ਅਤੇ ਇਹ ਅੰਦੋਲਨ ਛੇਤੀ ਛੇਤੀ ਸਮਾਪਤ ਹੋਵੇ ਲੋਕ ਆਪਣੇ ਘਰੋਂ ਘਰੀ ਜਾਣ ਜੀ ਇੱਥੇ ਮੈਂ ਦਰਸ਼ਕਾਂ ਨੂੰ ਇੱਕ ਗੱਲ ਹੋਰ ਰੱਖਣੀ ਚਾਹੂੰਗਾ ਦਰਸ਼ਕਾਂ ਦੇ ਅੱਗੇ ਅਸੀਂ ਇਹਨਾਂ ਜਿਹੜੀਆਂ ਗਰਾਊਂਡ ਜ਼ੀਰੋ ਰਿਪੋਰਟਸ ਆ ਸਾਡੀਆਂ ਆ ਰਹੀਆਂ ਗੀਆਂ ਅਸੀਂ ਇਹਦੇ ਵਿੱਚ ਕੋਈ ਸਵਾਲ ਨਹੀਂ ਰੱਖਾਂਗੇ ਅਸੀਂ ਸਿਰਫ ਨੌਜਵਾਨਾਂ ਦੇ ਜਾਂ ਜੋ ਬਜ਼ੁਰਗ ਨੇ ਸਾਨੂੰ ਮਿਲਦੇ ਨੇ ਗਰਾਊਂਡ ਜ਼ੀਰੋ 'ਤੇ ਆਮ ਲੋਕ ਮਿਲ ਰਹੇ ਨੇ ਇਹਨਾਂ ਦੇ ਜੋ ਮਨ 'ਚ ਗੱਲਾਂ ਚੱਲ ਰਹੀਆਂ ਗੀਆਂ ਅੰਦੋਲਨ ਨੂੰ ਲੈ ਕੇ ਸਰਕਾਰ ਦੇ ਪੱਖ ਤੋਂ ਜਥੇਬੰਦੀਆਂ ਦੇ ਪੱਖ ਤੋਂ ਜਾਂ ਜੇ ਕੀ ਸੋਚਦੇ ਨੇ ਜਾਂ ਜੋ ਇਹਨਾਂ ਦੇ ਰਿਸ਼ਤੇਦਾਰ ਬਾਹਰ ਗਏ ਹੋਏ ਨੇ ਸਾਰੇ ਜੋ ਸਵਾਲ ਇਹਨਾਂ ਦੇ ਮਨ 'ਚ ਇਹਨਾਂ ਦੇ ਹੀ ਜੇ ਗੱਲਾਂ ਗੀਆਂ ਤੁਹਾਡੇ ਸਨਮੁੱਖ ਰੱਖਾਂਗੇ ਹਾਂਜੀ ਬਾਈ ਜੀ ਤੁਸੀਂ ਕੀ ਕਹਿਣਾ ਸਤਿ ਸ਼੍ਰੀ ਅਕਾਲ ਜੀ ਸਾਨੂੰ ਪਹਿਲਾਂ ਹਾਂਜੀ ਬਾਈ ਸਾਰਿਆਂ ਨੂੰ ਪਤਾ ਹੀ ਹੈ ਨਾ ਅੰਦੋਲਨ ਕਾਹਦੇ ਵਾਸਤੇ ਚੱਲ ਰਿਹਾ ਪਹਿਲੀ ਗੱਲ ਤਾਂ ਇਹ ਯਾਰ ਵੀ ਅਸੀਂ ਬੈਠੇ ਹਾਂ ਜਿਹੜੇ ਬੰਦਿਆਂ ਨੇ ਆਹ ਟਾਈਮ 'ਚ ਰਜਾਈ 'ਚ ਬਹਿ ਕੇ ਰੋਟੀ ਖਾਣੀ ਸੀ ਉਹ ਸੜਕਾਂ 'ਤੇ ਬੈਠ ਕੇ ਖਾ ਰਹੇ ਆ ਨੰਬਰ ਦੂਜਾ ਤੁਸੀਂ ਦੇਖਿਆ ਹੋਣਾ ਅੰਬਾਨੀ ਦੇ ਘਰ ਬੇਟਾ ਹੋਇਆ ਨਾ ਪੋਤਾ ਹੋਇਆ ਉਹਨਾਂ ਦੇ ਮੋਦੀ ਕੋਲ ਯਾਰ ਉੱਥੇ ਜਾਣ ਨੂੰ ਤਾਂ ਟਾਈਮ ਆ ਗਿਆ ਅੱਜ ਤੁਸੀਂ ਦੇਖਿਆ ਨਾ ਵਧਾਈਆਂ ਦੇ ਨੂੰ ਹਸਪਤਾਲ 'ਚ ਗਿਆ ਇੱਥੇ ਯਾਰ ਉਹਨੂੰ ਬਜ਼ੁਰਗ ਦੀਂਦੇ ਨਹੀਂ ਬਾਈ ਇਹ ਤਾਂ ਯਾਰ ਇੱਕ ਜ਼ਖਮਾਂ ਤੇ ਨੂੰ ਭੁੱਕਣ ਵਾਲੀ ਗੱਲ ਹੋਈ ਪਈ ਹੈ ਅਸੀਂ ਤਾਂ ਉਹਨੂੰ ਦੀਂਦੇ ਨਹੀਂ ਇੱਥੇ ਬੈਠੇ ਯਾਰ ਪੰਜੇ ਬਾਰਡਰ ਰੋਕੀ ਬੈਠੇ ਹਾਂ ਅਸੀਂ ਯਾਰ ਸਾਨੂੰ ਤਾਂ ਉਹ ਦੇਖਦਾ ਨਹੀਂਗਾ ਸਾਨੂੰ ਤਾਂ ਲਾਈਵ ਵੀ ਨਹੀਂ ਦੇਖਦਾ ਟੀਵੀ ਵੀ ਨਹੀਂ ਦੇਖਦਾ ਕਹਿੰਦਾ ਖਾਲਿਸਤਾਨ ਆ ਬਾਈ ਤਾਂ ਸਾਰੇ ਇਹ ਆਖੀ ਜਾਂਦੇ ਯਾਰ ਸਾਰੇ ਇਹਦੇ ਵਿੱਚ ਬਈ ਹਿੰਦੂ ਸਿੱਖ ਸਾਰੇ ਇਹਦੇ ਵਿੱਚ ਮੁਸਲਮਾਨ ਇਹਦੇ ਵਿੱਚ ਆ ਯਾਰ ਯਾਰ ਪੰਜਾਬ ਨੂੰ ਤਾਂ ਖਤਮ ਕਰਨ ਇਹਨਾਂ ਨੇ ਇਹ ਬਈ ਕੋਈ ਨਾ ਹੁਣ ਅੰਦੋਲਨ ਹੀ ਰਹਿ ਗਿਆ ਇਹ ਕੋਈ ਖੇਤੀ ਵਾਸਤੇ ਨਹੀਂ ਰਹਿ ਗਿਆ ਗੱਲਾਂ ਅੰਦੋਲਨ ਇਹ ਤਾਂ ਅੰਦੋਲਨ ਮੇਰੇ ਯਾਰ ਪੰਜਾਬ ਨੂੰ ਖਤਮ ਕਰਨਾ ਇਹਨਾਂ ਨੇ ਪਰ ਇੱਕ ਗੱਲ ਹੈਗੀ ਹੈ ਵੀਰੇ ਇਹਨਾਂ ਨੂੰ ਇੰਨਾ ਪਤਾ ਲੱਗ ਜੂ ਵੀ ਅੱਗੇ ਪੰਜਾਬ 'ਚ ਨਹੀਂ ਵੜਨਾ ਕਾਨੂੰਨ ਤਾਂ ਰੱਦ ਹੋਣਗੇ ਹੀ ਹੋਣਗੇ ਡਰ ਤਾਂ ਇਹ ਆ ਵੀ ਕਿਤੇ ਨਾ ਸਰਕਾਰ ਵੀ ਨਾ ਟੁੱਟ ਜੇ ਬਈ ਘਰ 'ਚ ਪੰਜ ਜੀ ਹੁੰਦੇ ਆਪਾਂ ਤਿੰਨ ਦੀ ਬਣਦੀ ਹੁੰਦੀ ਆ ਦੋ ਆਪਾਂ ਆਪਸ ਵਿੱਚ ਲੜਦੇ ਹਾਂ ਅਤੇ ਇਹ ਤਾਂ ਬਈ 350-400 ਮੈਂਬਰ ਹੈ ਇਹਨਾਂ ਦੇ ਵਿੱਚ ਕਿਹੜਾ ਦਰਾਰ ਹੈ ਨਹੀਂ ਸਾਰਾ ਸਾਨੂੰ ਪਤਾ ਯਾਰ ਜੂਨੀਅਰ ਦੇ ਪ੍ਰਧਾਨ ਆ ਜਿਹੜੀ ਉਹ ਨਹੀਂ ਬਣੇ ਬਾਈ ਇਹ 50-50 ਸਾਲ ਹੋ ਗਏ ਇਹਨਾਂ ਨੂੰ ਜੂਨੀਅਰ 'ਚ ਤੁਰੇ ਫਿਰਦੇ ਨੂੰ ਸਾਰਾ ਇਕੱਲੇ ਇਕੱਲੇ ਮੰਤਰੀ ਦਾ ਪਤਾ ਵੀ ਕਿਹੜੀ ਦੀ ਮੋਦੀ ਨਾਲ ਬਣਦੀ ਹੈ ਕਿਹੜੀ ਦੀ ਨਹੀਂ ਬਣਦੀ
ਚੱਲ ਐਂ ਚੱਲਦੇ ਹਾਂ ਯਾਰ ਹੈ ਨਾ ਵੀ ਇੱਕ ਚਲੋ ਵੀ ਆਪਾਂ ਦੇਸ਼ ਭਾਰਤ ਦੇ ਆਪਾਂ ਨਾਗਰਿਕ ਹਾਂ ਹੈ ਨਾ ਆਪਣਾ ਇਹ ਸਿਧਾਂਤ ਬਣਦਾ ਵੀ ਆਪਾਂ ਬਣਾ ਕੇ ਰੱਖੀਏ ਸਾਰਾ ਕੁਛ ਹੈ ਨਾ ਵੀ ਆਪਾਂ ਨਾ ਕਿਸੇ ਨਾਲ ਲੜਾਈ ਕਰੀਏ ਨਾ ਕੁਛ ਹੋਰ ਕਰੀਏ ਚਲੋ ਅਸੀਂ ਵੀ ਮੰਨਦੇ ਹਾਂ ਯਾਰ ਵੀ ਵਧੀਆ ਪਹਿਲਾਂ ਨੇ ਇੱਕ ਦੋ ਕੰਮ ਵਧੀਆ ਕਰੇ ਪਰ ਹੁਣ ਤਾਂ ਜੰਮੀ ਪਿੱਟ ਗਿਆ ਯਾਰ ਇਹ ਪਹਿਲੇ 5 ਸਾਲ ਸੀ ਵਧੀਆ ਕੰਮ ਕਰਿਆ ਸੀ ਵੀਰ ਹੈ ਨਾ ਕੁਛ ਵੀ ਸੀ ਚੱਲ ਪੰਜਾਬ ਵਾਸਤੇ ਚੱਲ ਸਾਡੇ ਵਾਸਤੇ ਧਰਮ ਸੀ ਬਾਬੇ ਨਾਨਕ ਦਾ ਰਾਹ ਖੋਲਤਾ ਸੀ ਨਾ ਸਾਡੇ ਲਈ ਚੰਗਾ ਬਣ ਗਿਆ ਸੀ ਪਰ ਹੁਣ ਤਾਂ ਇਹਨੇ ਤਿੰਨੇ ਚਾਰੇ ਕੰਮ ਯਾਰ ਖਤਮ ਕਰਨ ਵਾਲੀ ਗੱਲ ਕਰਤੀ ਪੰਜਾਬ ਨੂੰ ਇੰਨਾ ਪੰਜਾਬ ਨੇ ਇਹਨੂੰ ਖਾਣ ਨੂੰ ਸਾਰਾ ਕੁਛ ਦਿੰਦਾ ਪੰਜਾਬ ਯਾਰ ਮਾੜਾ ਕੀ ਕਰਦਾ ਪੰਜਾਬ ਸਾਨੂੰ ਇਹ ਨਹੀਂ ਸਮਝ ਆਉਂਦੀ ਪਰ ਇਹਨੇ ਖਤਮ ਕਰਨ ਦੀ ਸੋਚਿਆ ਪਰ ਇੱਕ ਗੱਲ ਹੈ ਵੀਰੇ ਇਹ ਅੰਦੋਲਨ ਨਹੀਂ ਹੈਗਾ ਨਾ ਇਹ ਤਾਂ ਇੱਕ ਤਰ੍ਹਾਂ ਦੀ ਯਾਰ ਪੰਜਾਬ ਨੂੰ ਬਚਾਉਣ ਦੀ ਜੇ ਅਸੀਂ ਜਿੱਤ ਕੇ ਹੁੰਦਾ ਅੜੀ ਰਹੇਗੀ ਉਹ ਕਹਿ ਰਹੇ ਨੇ ਵੀ ਅਸੀਂ ਕਹਿੰਦੇ ਸੁੱਧਾਂ ਕਰ ਦਿੰਦੇ ਹਾਂ ਚੱਲ ਸੁੱਧਾਂ ਨਾਲ ਵੀ ਸਾਡਾ ਫਾਇਦਾ ਬਹੁਤ ਹੁੰਦਾ ਦੇਖਿਆ ਜਾਵੇ ਨਾ ਪੋਲੇ ਤਾਂ ਜ਼ਰੂਰ ਹੋ ਗਏ ਪਰ ਇੱਥੇ ਤੱਕ ਅੜੀ ਹੈ ਮੈਂ ਇਹੋ ਜਿਹਾ ਪਹਿਲੀ ਵਾਰ ਬੰਦਾ ਦੇਖਿਆ ਜਿਹੜਾ ਪ੍ਰਧਾਨ ਮੰਤਰੀ ਹੋ ਗਿਆ ਇਹੋ ਜਿਹੀਆਂ ਅੜੀਆਂ ਕਰਦਾ ਸੋਹਣਾ ਲੱਗਦਾ ਪਹਿਲੀ ਗੱਲ ਬੰਦਾ ਉਹ ਛੋਟੇ ਬੰਦੇ ਛੋਟੀ ਸੋਚ ਹੁੰਦੀ ਹੈ ਜਿਹੜਾ ਅੜੀਆਂ ਕਰਦਾ ਬਈ ਉਹ ਤਾਂ ਯਾਰ ਜਮੀ ਸਰਿਆ ਪਿਆ ਅੱਜ ਹੋਸਪਿਟਲ 'ਚ ਤਾਂ ਜਾਣ ਵਾਸਤੇ ਟਾਈਮ ਆ ਗਿਆ ਠੀਕ ਹੈ ਅਮਾਨੀ ਕੋਲ ਜਾ ਕੇ ਬੈਠਾ ਵਧਾਈਆਂ ਦੇਈ ਜਾਂਦਾ ਉਹਨੂੰ ਡਾਕਟਰਾਂ ਨੂੰ ਮਿਲੀ ਜਾਂਦਾ ਉਹਦੇ ਬਾਰੇ ਪੁੱਛਦਾ ਵੀ ਸਹੀ ਹੈ ਅਸੀਂ ਉਹਨੂੰ ਦਿੰਦੇ ਨਹੀਂ ਯਾਰ 80-80 ਸਾਲ ਦੇ 90-90 ਸਾਲ ਦੇ ਸਾਡੇ ਬਾਪੂ ਸੜਕਾਂ 'ਤੇ ਰੋਟੀ ਖਾਈ ਜਾਂਦੇ ਬਹਿ ਕੇ ਇਹ ਤਾਂ ਯਾਰ ਉਹਨੂੰ ਦੇਖਣਾ ਚਾਹੀਦਾ ਬਾਕੀ ਯਾਰ ਅੰਦੋਲਨ ਤਾਂ ਹੀ ਚੱਲੂਗਾ ਸਾਡੇ ਕੋਲ ਤਾਂ ਵਾਧੂ ਖਾਣਾ ਬਈ ਇਹ ਤਾਂ ਸਾਡੇ ਘਰਾਂ 'ਚੋਂ 2-2 ਕਿਲੋ ਆਟਾ ਲਿਆ ਇਹਨਾਂ ਨੇ ਜੂਨੀਅਰ ਨਾਲ ਨੇ ਅਸੀਂ 5-5 ਘੰਟੇ ਦੇ ਨੂੰ ਤਿਆਰ ਹੈ 6 ਮਹੀਨਿਆਂ ਦੀ ਗੱਲ ਨਹੀਂ ਇੱਥੇ ਭਾਵੇਂ ਸਾਨੂੰ 2 ਸਾਲ ਲੱਗ ਜਾਣ ਪਰ ਉਹ ਗੱਲ ਨਹੀਂ ਹੈਗਾ ਠੀਕ ਹੈ ਪਹਿਲਾਂ ਕਸ਼ਮੀਰ ਨਾਲ ਪੰਗੀ ਲੈ ਗਿਆ ਮੁਸਲਮਾਨ ਭਾਈਚਾਰ ਨਾਲ ਪੰਗੀ ਲੈ ਗਿਆ ਪਰ ਸਿੱਖ ਨਾਲ ਤਾਂ ਪਿਆ ਹੀ ਨਹੀਂ ਪੰਗਾ ਹੁਣ ਪਿਆ ਠੀਕ ਹੈ ਹੁਣ ਬਈ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਜਿਹਦੇ ਵਿੱਚ ਜ਼ੋਰ ਆ ਬਾਕੀ ਨਹੀਂ ਸਰਕਾਰ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਬਈ ਬਾਲਾ ਇਕੱਠ ਨਹੀਂ ਹੈਗਾ ਇਹਨਾਂ ਵਿੱਚ ਠੀਕ ਹੈ ਘਰ ਵਿੱਚ 5 ਜੀ ਹੋ ਗਿਆ ਮੈਂ ਪਹਿਲਾਂ ਵੀ ਦੱਸਿਆ ਵੀ 3 ਦੀ ਬਣਦੀ ਹੁੰਦੀ 2 ਦੀ ਨਹੀਂ ਬਣਦੀ ਇਹਨਾਂ ਵਿੱਚ ਵੀ ਲੜਾਈ ਪੂਰੀ ਫੁੱਲ ਹੈ ਬਾਕੀ ਸਾਡੇ ਨਾਲ ਹਰਿਆਣਾ ਰਾਜਸਥਾਨ ਅਤੇ ਪੰਜਾਬ ਤਿੰਨੇ ਜਾ ਰਿਹਾ ਠੀਕ ਹੈ ਹੋਰ ਵੀ ਸਾਡਾ ਸਟੇਜਾਂ ਬਹੁਤ ਜੁੜਦੀਆਂ ਇੱਕ ਵਾਰ ਜੁੜ ਜਾਂਦੇ ਬਾਈ ਇਹਦਾ ਹੀ ਨਹੀਂ ਪਤਾ ਸਰਕਾਰੀ ਡਿੱਗ ਪਏ ਠੀਕ ਹੈ ਕੁਛ ਵੀ ਹੋ ਸਕਦਾ ਬਸ ਮੈਂ ਇੰਨੀ ਕਹਿਣਾ ਚਾਹੁੰਦਾ ਬਾਈ ਯਾਰ ਵੀ ਇੱਥੇ ਆਓ ਸਾਰੇ ਯਾਰ ਮੈਂ ਇੱਕ ਹੋਰ ਗੱਲ ਜਾਣਨੀ ਚਾਹੂੰਗਾ ਜਿਹੜਾ ਤੁਸੀਂ ਪੰਜਾਬ ਸਰਕਾਰ ਦਾ ਰਵੱਈਆ ਦੇਖਿਆ ਗਿਆ ਸਾਰੇ ਅੰਦੋਲਨ ਦੇ ਵਿੱਚ ਉਹਨਾਂ ਦੀ ਕਿਸੇ ਦੀ ਤਸਵੀਰ ਦੇਖਦੇ ਹੋ ਜਿੱਦਾਂ ਅਸੀਂ ਟੋਲ ਪਲਾਜ਼ਿਆਂ ਦੇ ਉੱਤੇ ਬੈਠੇ ਹਾਂ ਰਿਲਾਇੰਸ ਪੰਪਾਂ ਦੇ ਉੱਤੇ ਮੌਲਾਂ ਦੇ ਉੱਤੇ ਉੱਥੋਂ ਲੈ ਕੇ ਜਿੱਥੋਂ ਇਹ ਸੰਘਰਸ਼ ਦੀ ਨੀਂਹ ਰੱਖੀ ਗਈ ਫਿਰ ਉਦੋਂ ਬਾਅਦ ਵਾਢੀ ਦਾ ਸੀਜ਼ਨ ਆਇਆ ਇੱਕ ਥੋੜ੍ਹਾ ਜਿਹਾ ਠਰਮਾ ਪਿਆ ਗਾ ਫਿਰ ਇੱਧਰਲੀ ਆਇਆ ਐਜੂਕੇਸ਼ਨ ਹਾਂਜੀ ਹਾਂਜੀ ਤਾਂ ਉਹ ਕਿਵੇਂ ਦੇਖ ਰਹੇ ਹੋ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਆਪਣੀ ਸਟੇਟ ਸਰਕਾਰ ਦਾ ਰਵੱਈਆ ਰਿਹਾ ਉਹਦੇ ਬਾਰੇ ਕੀ ਕਹਿਣਾ ਮੈਂ ਨਾ ਭਾਈ ਤੈਨੂੰ ਸਿੱਧਾ ਦੱਸ ਦੇਣਾ ਬਾਦਲ ਹੋ ਗਿਆ ਤੇ ਕੈਪਟਨ ਹੋ ਗਿਆ ਇਹ ਤਾਂ ਯਾਰ ਇਹਨਾਂ ਨਾਲ ਹੀ ਹੈ ਠੀਕ ਹੈ ਇਹ ਮੋਦੀ ਦੇ ਜਮਾ ਨਾਲ ਹੈ ਇਹਨਾਂ ਨੂੰ ਕੀ ਸੀ ਵੀ ਯਾਰ ਕਿਸਾਨ ਆ ਜਿਹੜੇ ਥੋੜ੍ਹਾ ਕਰਨਗੇ ਹੁਣ ਕੈਪਟਨ ਯਾਰ ਇਹਦੇ ਤੋਂ ਬਾਹਰ ਹੈ ਕੈਪਟਨ 2 ਵਾਰੀ ਕਹਿ ਗਿਆ ਮੈਂ ਅਸਤੀਫਾ ਤੈਨੂੰ ਦੇਣਾ ਫਿਰ ਦੇ ਫਿਰ ਜੇ ਦੇ ਫਿਰ ਹੀ ਲੱਗੂ ਪਤਾ ਸਨ ਉਦੋਂ ਦਾ ਲੱਗਿਆ ਹੁਣ ਟ੍ਰੇਨਾਂ ਪਹਿਲਾਂ ਉਹਨੂੰ ਟ੍ਰੇਨਾਂ ਨਹੀਂ ਖੁਲਵਾਈਆਂ ਨਾਲ ਉਹਦੇ ਯਾਰ ਜਮਾ ਬਣਿਆ ਹੋਇਆ ਠੀਕ ਹੈ ਉਹਨੂੰ ਸਾਰਾ ਕੁਛ ਪਤਾ ਸੀ ਉਹਨੂੰ ਕਿਹੜਾ ਜਿਹੜੇ ਕਾਨੂੰਨ ਹੋਏ ਉਹਨਾਂ ਨੂੰ ਉਹਨੂੰ ਪਤਾ ਨਹੀਂ ਸੀ ਵੀ ਕਿਸਾਨ ਇਹਦੇ ਉਹ ਕਰਨਗੇ ਉੱਥੇ ਤਾਂ ਜਾ ਕੇ ਉਹਨੇ ਬੋਲਿਆ ਨਹੀਂ ਕੁਛ ਇੱਥੇ ਕਿਉਂ ਕਹਿੰਦਾ ਮੈਂ ਇਹ ਤਾਂ ਵੋਟਾਂ ਦੀਆਂ ਗੰਢਾਂ ਬਣਦੇ ਆ ਬਾਈ ਠੀਕ ਹੈ 2022 'ਚ ਪਤਾ ਲੱਗ ਜੂ 2022 ਦੇ ਵਿੱਚ ਬਾਈ ਮੁੱਖ ਮੰਤਰੀ ਪੰਜਾਬ ਦਾ ਕੋਈ ਕਿਸਾਨ ਬਣੂ ਠੀਕ ਹੈ ਇੱਥੇ ਜਿਹੜੇ ਅੰਦੋਲਨਾਂ 'ਚ ਫਿਰਦੇ ਇਹਨਾਂ ਵਿੱਚੋਂ ਕੋਈ ਮੁੱਖ ਮੰਤਰੀ ਬਣੂ ਨਾ ਤਾਂ ਇਹਨਾਂ ਨੂੰ ਪਿੰਡ 'ਚ ਵਾੜੀਏ ਪਹਿਲੀ ਗੱਲ ਤਾਂ ਪੋਸਟਰ ਲਾਉਣਾ ਬਾਈ ਅਕਾਲੀ ਜਾਂ ਆਪ ਵੀ ਹੋ ਜੇ ਨਾ ਤਾਂ ਪਿੰਡ 'ਚ ਇਹਨਾਂ ਨੂੰ ਵਾੜਨਾ ਬਠਿੰਡਾ ਮਾਨਸਾ ਤਾਂ ਜ਼ਮੀਨ ਹੀ ਪੜਦੇ ਕੁਛ ਮਰਜ਼ੀ ਹੋ ਜਾਏ ਠੀਕ ਹੈ ਕਿਉਂਕਿ ਬਾਈ ਹੁਣ ਅਸੀਂ ਮੈਂ ਯਾਰ ਦੱਸਦਾ ਅਸੀਂ ਪੜ੍ਹਾਈ ਵੀ ਛੱਡਤੀ ਇੱਥੋਂ ਤੱਕ ਠੀਕ ਹੈ ਸਾਡਾ ਮਾਨਸਾ ਜਾਂ ਬਠਿੰਡਾ ਹੋ ਗਿਆ ਇੱਧਰ ਨਰਮਾ ਜ਼ਿਆਦਾ ਹੁੰਦਾ ਹੈ ਨਾ ਹੁਣ ਲੋਕ ਆਉਣਗੇ ਇਹ ਤਾਂ ਇੱਕ ਆਪਾਂ ਕਹਿ ਸਕਦੇ ਨਾ ਟ੍ਰੇਲਰ ਸੀਗਾ ਮੂਵੀ ਤਾਂ ਹਜੇ ਆਉਣ ਵਾਲੀ ਆ ਬਾਈ ਆਉਣ ਵਾਲੇ 10 ਦਿਨਾਂ ਵਿੱਚ ਦੇਖੀ ਤੂੰ ਬਣਦਾ ਕੀ ਇੱਥੇ ਠੀਕ ਹੈ ਨਰਮੇ ਵਾਲੇ ਲੋਕ ਹੁਣ ਫ੍ਰੀ ਹੋਏ ਆ ਅਤੇ ਹੁਣ ਇੱਥੇ ਆ ਰਹੇ ਅੱਜ ਸਾਡੇ ਪਿੰਡੋਂ 15 ਜਣੇ ਅਸੀਂ ਆਏ ਹਾਂ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਇੱਥੇ ਦੇਖ ਲਿਓ ਜਿਹੜੇ ਆਸੇ ਪਾਸੇ ਚੱਲਦੇ ਨਾ ਆਹ ਮੈਟਰੋ ਤਾਂ ਹੰਦੀ ਚੱਲਦੀ ਹੈ ਜਿਹੜਾ ਅਸੀਂ ਬੰਦ ਨਹੀਂ ਕਰ ਸਕਦੇ ਪਰ ਇੱਕ ਗੱਲ ਆ ਯਾਰ ਵੀ ਅਸੀਂ ਪੈਰ ਨਾਲ ਕੰਮ ਚਲਾ ਸਕਦੇ ਹਾਂ ਮੈਟਰੋ ਕੀ ਖੜ ਜੂਗੀ ਸਾਡੇ ਮੂਹਰੇ ਦੱਸ ਮੈਨੂੰ ਅਸੀਂ ਮਿੰਟ 'ਚ ਬੰਦ ਕਰ ਸਕਦੇ ਹਾਂ ਠੀਕ ਹੈ ਯਾਰ ਅਸੀਂ ਪੈਰ ਨਾਲ ਚੱਲ ਰਹੇ ਹਾਂ ਸਾਨੂੰ ਆਹ ਰੋਕ ਲੈਣੇ ਬਾਰਡਰ ਇਹਦਾ ਸਵਾਹ ਗਮ ਗੂੰ ਜਾਣਗੇ ਪੱਥਰ ਜਿਹਾ ਇਹਨਾਂ ਦੇ ਠੀਕ ਹੈ ਵੀਰੇ ਬਾਕੀ ਧੰਨਵਾਦ ਵੀਰੇ ਜੀ ਜੀ ਹਾਂਜੀ ਹਾਂਜੀ ਇੱਕ ਨਾ ਬਾਈ ਜੀ ਮਤਲਬ ਕੋਈ ਵੀ ਆਪਣਾ ਆਗੂ ਹੈ ਜੀ ਜੀ ਸਾਰਿਆਂ ਨੂੰ ਇੱਕ ਤੁਹਾਡੇ ਚੈਨਲ ਦੇ ਜ਼ਰੀਏ ਕਹਿ ਰਿਹਾ ਵੀ ਕੋਈ ਵੀ ਇੱਥੋਂ ਨੈਗੇਟਿਵ ਕਮੈਂਟ ਨਾ ਕਰੇ ਮਤਲਬ ਨੈਗੇਟਿਵ ਨੈਗੇਟਿਵਿਟੀ ਦਿਖਾਵੇ ਨਾ ਪੋਜ਼ਿਟਿਵ ਦਿਖਾਵੇ ਵੀ ਦੇਖੋ ਮੰਨ ਲਓ ਕੋਈ ਵੀ ਕਹਿੰਦਾ ਵੀ ਉਰੇ ਫੌਜ ਲੱਗੀ ਹੋਈ ਆ ਕੁਛ ਨਹੀਂ ਹੈਗਾ ਆਪਾਂ ਨੂੰ ਪਤਾ ਅਫਵਾਹ ਪਿੱਛੇ ਨੇ ਜਿਹੜੇ ਬੱਚੇ ਆ ਆਪਣੇ ਨੌਜਵਾਨ ਆ ਰਹੇ ਨੇ ਜਾਂ ਉਹਨਾਂ 'ਤੇ ਅਸਰ ਪੈਂਦਾ ਇਹ ਚੀਜ਼ ਦਾ ਇੱਕ ਮਿੰਟ ਉਹਨਾਂ 'ਤੇ ਇਹ ਚੀਜ਼ ਦਾ ਅਸਰ ਪੈਂਦਾ ਵੀ ਖਬਨੀ ਉੱਥੇ ਫੌਜ ਲੱਗ ਗਈ ਵਟਸਐਪ ਗਰੁੱਪਾਂ 'ਚ ਜਾਂ ਕੋਈ ਫੇਸਬੁੱਕ 'ਤੇ ਵੀਰ ਬਣ ਕੇ ਪਿੱਛੋਂ ਕੋਈ ਇਹੋ ਜਿਹੀ ਗੱਲ ਨਾ ਕਰੋ ਪੋਜ਼ਿਟਿਵ ਗੱਲ ਕਰੋ ਇੱਥੋਂ ਕੋਈ ਵੀ ਆਪਣਾ ਅਸੀਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਇਹੀ ਗੱਲ ਕਰਦੇ ਹਾਂ ਵੀ ਨਾ ਇੱਥੇ ਕੋਈ ਫੌਜ ਹੈਗੀ ਆ ਨਾ ਇਹ ਲੱਗਣੀ ਆ ਨਾ ਗੋਲੀ ਵਾਲਾ ਸਿਸਟਮ ਇੱਥੇ ਹੋ ਹੀ ਨਹੀਂ ਸਕਦਾ ਕਿਉਂਕਿ ਬਹੁਤ ਦਬਾਅ ਬਣਿਆ ਹੋਇਆ ਵੀ ਇੱਥੇ ਤੁਹਾਡੇ ਗੋਲੀ ਮਾਰ ਦੂ ਜੇ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਇੱਥੇ ਗੋਲੀ ਵੱਜੂ ਜੇ ਆਏ ਹੋ
कुछ लैके आया कुछ होर गरे ने गरे लाए पे ने बोरिया के साथ को ना दुध मुके ना आटा मुके ना कुछ मुके कले पंजाब तो होर जी सेवा कर रहे हैं गुरुआ की कृपा है तो बस सा कुछ नहीं मुकता इस तरह इतों जित के जावे राशन पिछों नहीं जाते किसी डर तो नहीं जाते भावें गोलियां चला ले कुछ कर ले हरियाणे वाले भरावान का ना वीरे असं बहुत धन्यवाद करते हैं सानू असं बहुत दूर उत दूर पिछे बैठे हैं वीरे मतलब लाइन वाइज तो सानू मतलब ना उन्होंने एक पांच पैसों की भी दिक्कत नहीं आई असं नाल नहीं लैके कुछ भी असं ट्राली के कले बंदे आए हैं सानू दुध पानी लस्सी हरेक चीज़ पहुँची असं चलो धन्यवाद करते हैं संत समाज का धन्यवाद करते हैं जिहड़े महापुरख आए बैठे है महाराज का प्रकाश है उत्थे उहदी छतर छाया दे थले मतलब सारे चल रहे शांति नाल इहो जी कोई भी दिक्कत नहीं कोई पुलिस वाला मुलाजम नहीं सानू अज ना एक मुलाजम मिले मतलब मिलते रहेंगे वो पता की कहते भी देखो जो हरियाणे के है इधर हरियाणा ना लग जाते कहते हरियाणा की दिल्ली पुलिस यूपी के और सारे किसान भरा कहते यार तुम दिक्कत नहीं थोड़ा मतलब थानू मजबूर जो मुलाजम कहते खड़ना पैदा ना कि यह भी असं थोड़े कोई दबाव प्रैशर है यार अभी थोड़ा धन्यवाद करते हैं थानू दसो थोड़ू की लड़ सू छ भी आते उत तक अभी धन्यवाद करते हैं वाहगुरू जी का भाई जी ए मतलब हरियाणे के इन्ना सहयोग दे रहे हैं घट्टो घट इतने मुंडे ने कट्ठे हुए हुए हरियाणे के वो कहें यार असं जॉब करते हैं भी असं दसवंध कटते हैं आपका भी असी लख रुपये वागू भी रोज़ क्ढना ही क्ढना वो कहें भी असी हूँ सानू इतने सिलंडर भी तुम ए ला लो भी ए कह दें भी आई अठ सिलंडर पे ने जिन्होंने लौड़ आता ले जाओ जाके तो हरेक चीज़ जी रस की लड़ आप इतने वो कहें भी सा ट्रालिया चु तुम क्ढो ना भी असं दें कहते भी तुम आपका आपका जमा रखो असी थोनों दें लिया के एडा मतलब यार हरियाणे का पंजाब का कहने जो एस वी एल का रौला भी कहें सू मतबले नहीं वो चीज़ ना कहने भी बहुत बड़ी कहने हुण तक पंजाब भी हरियाणा भी ये मुद्दों से चोन लड़ता रहिंदा ते ए कहना कोई गल नहीं कहना साडे दा यार सानू पानी दी लोड़ ही नहीं जे जिहड़ी ना साडे तक आवे इह कहना इह इत्थे चटालियां तक ते जिहड़े बादलां दे फार्म ने कहना इस बाई दा रौला उत्थे ही खत्म आ उहनां तक ए बाई जी इह पानी जाणा यह तो कहना एक सियासी मुद्दा बनता वोटां दे वास्ते अपना तो प्यार है इन्ना जद बन इत्थों पता लगता भी हरियाणे ते पंजाब दा किन्ना प्यार सी इन्हां दीआं नलायकियां कारण एक बड़ा रिश्ता दी जिहड़ा इह टुट्टिया एक बाई जी पंजाब दे सारे बेनती है भी 2022 ना तो कांग्रेस का झंडा लाओ कोई ना कलियां लाओ कोई नवां पा फ्रंट शुरू करांगे एकता जिंदाबाद। अच्छा जी जिहड़ा मोदी है ये बंदा बहुत शियार बंदा है बुद्धू बना रहा लोगों को बुद्धू क्यों बना रहा है पहले ना नोटबंदी करी भी गरीबों नूं मैं तकड़े घर तो पैसे कढ के दूंगा सा धोखा कर फिर हुण इहने कोरोना दा ला के बहाना सानू अंदर मारता आ कानून पास करने से पर इहनूं हुण असीं नतीजा दिखावांगे भी तू आपदी जान दे शियार कहाउणा है सानू बुद्धू बना रहा है हुण तैनूं बुद्धू असीं बनावांगे। बहुत धन्यवाद करदा इन्होंने बहुत अज तो ही नहीं चार महीनों तो जो ये चल रहा है किसान अंदोलन वो तुम विखा रहे हो तो सब तो बड़ा थोड़ा धन्यवाद है कबड्डी वाले विखा रहे हो असं वो भी थोड़ा धन्यवाद करते हैं तो असं राजस्थान के नाल बार्डर से पिंड है होर कोल 350 किलोमीटर तो असं घट्टो घट 50 ट्रालियां लेके आए हैं तो असं थोड़ा बहुत धन्यवाद करते हैं। बेनती है जी जिहड़े भरा वीर जिहड़े मतलब बैठे है किसी वजह करके जां कोई विआह प्रोग्राम जिन्हां दे सीगे कई बार उन्होंने मजबूरन भी रुकना पै गया तो उन्होंने भी बेनती है भी तुम वीरे जिमें भी करके पवा कार ट्रैक्टर जिमें भी आई तो तुम पहुँचो इतने सारे प्रबंध है जी ठीक है। दोस्तों ये ग्राउंड जीरो तो अज की रिपोर्ट से अज शाम की रिपोर्ट से तो असी मैं एक बार फिर गुजारिश करना साडे मीडिया वाले भरावां अगे भी आ टिकरी बॉर्डर जरूर कवर किया जाए जो पिछे 10 किलोमीटर तो पिछे का धरना गा 15-20 किलोमीटर के धरने ने असी अगे भी यह ग्राउंड जीरो दीआं रिपोर्ट्स लैके तुहाडे सन्मुख आउंदे रहांगे। हुण अपने दोस्त रतनदीप सिंह धालीवाल नूं दिओ इजाजत धन्यवाद जी।